ਮੇਰੇ ਅੰਦਰ ਨਾ ਇਸਾਨੁੱਲਾ ਖੜਾ, ਇੱਧਰ ਹੀ ਬੈਠਾ ਹੈ। ਇਸਾਨੁੱਲਾ ਵਿਖਾਉਣ ਦੇ, ਆਹ ਇਸਾਨੁੱਲਾ ਨੱਸ ਗਿਆ ਤੇ ਨੱਸ ਗਿਆ। ਇਸਾਨੁੱਲਾ ਮੇਰੇ ਕਮਰੇ ਕਾਸ਼ ਇੱਧਰ ਹੀ ਬੈਠਾ ਹੈ, ਜਿੰਦਰ ਹੱਸੇ ਬੜਾ ਖੜਾ ਇੱਧਰ ਹੋਈ। ਮਾਸ਼ਾਅੱਲਾ ਮਾਸ਼ਾਅੱਲਾ, ਬੰਗ ਤਾਂ ਪਿਆਲਾ ਆਇਆ ਜੱਟ, ਬੰਗ ਬਣਦੀ ਪਈ ਨਹੀਂ। ਅਸਲਾਮੁਅਲੈਕੁਮ, ਤੁਸੀਂ ਵੇਲੇ ਬਈ ਯੂਟਿਊਬ ਸਾਫੀ ਬਲੌਗ ਸਿਲਾ ਲਈ, ਅਤੇ ਮੈਂ ਹਾਂ ਮਲੇ ਜ਼ਿਆਫਤ। ਉਮੀਦ ਕਰਦਾ ਅੱਲਾਹ ਦੇ ਫਜ਼ਲ ਕਰਮ ਨਾਲ ਸਭ ਦੋਸਤ ਬਾਬ ਠੀਕ ਠਾਕ, ਮੈਂ ਹਾਂ ਠੀਕ ਠਾਕ। ਤਾਂ ਫਰੈਸ਼ ਮਿਲਾਕ ਪਰ ਕਰਦੇ ਹਾਂ, ਬਿਸਮਿਲ੍ਲਾ ਪੜ੍ਹਦੇ ਸ਼ੁਰੂ। ਸੁਬਹ ਸਵੇਰ ਟਾਈਮ ਹੈ, ਫਾਲ ਪੁੱਤਰ ਮੇਰਾ ਇਸ ਟਾਈਮ ਪਾਪਾ ਖਾ ਰਿਹਾ, ਨਾਸ਼ਤਾ ਖਾ ਰਿਹਾ ਪਾਪੇ ਦਾ, ਅਤੇ ਮੈਂ ਥੋੜ੍ਹਾ ਬਹੁਤ ਨਾਸ਼ਤਾ ਕਰ ਲਿਆ। ਅਤੇ ਮੇਰੇ ਅਮਨ ਬੇਟਾ ਸਕੂਲ ਤਿਆਰ ਹੋ ਤਾਂ ਚੱਲੀਏ, ਅੱਜ ਫਸਟ ਟਾਈਮ ਵਰਦੀ ਪਾ ਸਕੂਲ ਜਾ ਰਹੀ ਹੈ। ਅਗਰ ਤਿੰਨ ਚਾਰ ਦਫ਼ਾ ਗਈ ਕਲੀਏ, ਅਤੇ ਪਹਿਲੀ ਦਫ਼ਾ ਸਕੂਲ ਵਰਦੀ ਤਜਾਰੇ ਵਰਦੀ ਕੱਲ ਸੀਪ ਗਈ ਹੈ, ਅਤੇ ਹੁਣ ਤਿਆਰ ਹੋ ਤਾਂ ਮਨਾ ਕੇ ਮੇਰੇ ਕੋਲ ਲੱਭੂ, ਮੈਂ ਸਕੂਲ ਚੱਲੀ, ਮੈਨੂੰ ਖਰਚਾ ਦੇ। ਅਮਨ ਵੀ ਕਹਿੰਦੇ, ਅਮਨ ਪੁੱਤਰ ਮੇਰਾ, ਹਾਂ ਅਮਨ ਪੁੱਤਰ ਤਿਆਰ ਹੋ ਗਿਆ। ਹਾਂਜੀ ਅਮਨ ਬੇਟਾ ਤਿਆਰ ਹੋ ਗਈ, ਕੁਲਤ ਲੈ ਨਹੀਂ ਹੋਈ ਕਿਉਂ ਤਿਆਰ। ਅਮਨ ਨਾਲ ਤਿਆਰ ਹੋ ਅਤੇ ਸਕੂਲ ਚੱਲੀ। ਅਮਨ ਉਹ ਰੋਕੋ ਫਿਰੋ, ਇੱਥੇ ਇੱਥੇ ਇੱਥੇ, ਹਾਂ ਕਿਹੜੇ ਚੱਲੀ ਹੈ ਸਕੂਲ? ਹਾਂ ਮਾਸ਼ਾਅੱਲਾ ਹੋ ਗਈ, ਸਾਢੇ ਤਿੰਨ ਸਾਲ ਦੀ ਹੋ ਗਈ ਹੈ, ਹੁਣ ਸਕੂਲ ਅਸੀਂ ਭਰਤੀ ਕਰਾ ਛੱਡਿਆ, ਅਤੇ ਪੀ ਜੀ ਦੀ ਕਲਾਸ ਬਹਿ ਗਈ, ਪਹਿਲੀ ਕਲਾਸ ਬੈਠੀ। ਹਾਂ ਪਿੱਛੋਂ ਪਰਮੁਕਰ ਬਹਿ ਦਿੱਤਾ, ਪਰਮੁਕਰ ਬੇਟਾ ਅਸਨਾ ਤਾਂ ਮੈਂ ਸਕੂਲ ਜਾਣਾ ਮੰਨ ਲਾ। ਮਾਸ਼ਾਅੱਲਾ ਅਮਨ ਦੇ ਫੁੱਲ, ਇੱਕ ਮਿੰਟ ਤੂੰ ਪਾਪੜ ਖਾਣਾ ਸਕਦਾ, ਫਾ ਸਕੂਲ ਹੈ ਕੋਈ ਨਹੀਂ ਜਾਂਦਾ, ਅਤੇ ਅਮਨ ਸਕੂਲ ਚਲੀ ਜਾਂਦੀ ਹੈ। ਅਮਨ ਇਹਦੇ ਅਫਾ ਦੇ, ਅਮਨ ਬਹਿ ਕਿਤੇ ਜੇ ਬਈ, ਅਮਨ ਜੇਬ ਲੱਗੀ ਖਾਲੀ, ਚੱਲ ਹਾਂ ਅਮਨ ਨੂੰ ਖਰਚਾ ਮੈਂ ਦੇ ਦਿੱਤਾ ਸਕੂਲ ਦਾ। ਅੱਛਾ ਹੁਣ ਜਾਓ ਠੀਕ ਹੈ, ਬਾਏ ਬਾਏ ਬੇਟਾ। ਮੇਰੇ ਕੋਲ ਸਰ ਦਾ ਪਾਪੜਾਂ ਦੀ ਰੇੜੀ ਕੱਢਿਆ ਜਾਂਦਾ ਹੈ, ਅਤੇ ਮੁੜ ਲੱਗ ਪੈਂਦੇ ਨੇ ਮੋਸ਼ਨ। ਬੱਚਿਆਂ ਨੂੰ ਯਾਰ ਪਾਪੜਾਂ ਜਿਤਨਾ ਹੋ ਸਕੇ ਬਚਾਓ, ਤਕਰੀਬਨ ਪਿਛਲੇ ਹਫ਼ਤੇ ਪਾਪੜ ਤੋਂ ਬੱਚਿਆ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ, ਕੋਈ ਦਵਾਈ ਸ਼ਵਾਈ ਨਹੀਂ ਖਾਦੀ। ਤਕਰੀਬਨ ਦੂਸਰੇ ਦਿਨ ਫਿਰ ਰੋਲ ਇਹਦਾ ਮੱਖਣ, ਇਹਦਾ ਫੇਵਰੇਟ ਪਾਪੜ ਮੱਖਣ, ਸਾਰੇ ਪਾਪੜਾਂ ਦੇ ਹੱਥ ਮਾਪੇ ਮਾਰਤਾ ਤਾਂ ਬੁਆ ਲੈਣਾ। ਹੈਂ ਉਹ ਤਾਂ ਸੋਹਣਾ ਵਿਵਰਾਂ ਦੱਸ, ਕਿਹੜਾ ਪਾਪੜ ਖਾਣਾ ਦੱਸ, ਗੰਜੂਆ ਪਾਪੜ ਖਾਣਾ ਨਾ, ਹੈਂ ਮੱਖਣ ਪਾਪੜ ਦੇਖ ਲਓ, ਮੱਖਣ ਪਾਪੜ ਸੰਖਾ ਰਿਹਾ ਫਾਰਸ ਮੱਖਣ ਖਾਈ। ਹੈਂ ਚੱਲ ਇੰਜੋਏ ਕਰ, ਬੱਚਿਆਂ ਦੀ ਯਾਰ ਜ਼ਿੰਦਗੀ ਇੰਜੋਏ, ਬਾਕੀ ਕੋਈ ਜ਼ਿੰਦਗੀ ਇੰਜੋਏ 'ਚ ਨਹੀਂ ਹੁੰਦੀ। ਵੱਡੇ ਤਾਂ ਵੈਸੇ ਆਪਣੀ ਟੈਨਸ਼ਨ 'ਚ ਫਸੇ ਪੈਣ ਹਰ ਬੰਦਾ, ਮਹਿੰਗਾਈ ਦਾ ਦੌਰ ਹੈ, ਲੇਕਿਨ ਇੰਜੋਏ ਸਿਰਫ ਬੱਚਿਆਂ ਦਾ ਹੀ ਹੈ। ਅਸੀਂ ਛੋਟੇ ਛੋਟੇ ਹੁੰਦੇ ਅਸੀਂ ਨਾ ਤਕਰੀਬਨ 2000 ਪਹਿਲੇ ਪਹਿਲੇ ਸਕੂਲ ਫਿਰਦੇ ਸੀ, ਆਪਣਾ ਮਜ਼ਿਆਂ ਨੂੰ ਕਰਵਾ ਦੀ ਕਸਾ, ਸੁਬਹ ਨਾਲ ਟੀ ਵੀ ਵੇਖਣਾ, ਇਹਨਾਂ ਕਲਾ ਜਿੰਨ ਵੇਖ ਤੇ ਪਾਉਣਾ ਡਰਾਮਾ, ਉਸ ਤੋਂ ਬਾਅਦ ਇਲਾਵਾ ਸੁਬਹ ਸੁਣਨੀ, ਫਿਰ ਸਕੂਲ ਫਰਾਰ ਹੋਣਾ ਤਕਰੀਬਨ 2:30 ਵਜੇ ਆਉਣਾ, ਫਿਰ ਬਸ ਤਾਂ ਸੱਟਣਾ ਤਾਂ ਡੇਰੇ 'ਤੇ ਲਗਵਾਉਣਾ, ਉੱਥੇ ਨਾਮਣਾ ਦੋਣਾ ਵਾਟਰਾਂ ਦੇ ਗੜੂਈਆਂ ਬੜੀਆਂ ਨੇ ਪਿੰਡਾਂ ਥਾਵਾਂ ਦੀਆਂ, ਉੱਥੇ ਲੱਗਿਆ ਪੈਣਾ, ਸਾਰਾ ਦਿਨ ਇੰਜੋਏ ਹੁੰਦਾ ਸੀ। ਲੇਕਿਨ ਹੁਣ ਜਦੋਂ ਦੇ ਆ ਵੱਡੇ ਹੋ ਗਏ, ਮੁੱਛਾਂ ਦਾੜੀਆਂ ਮੂੰਹ 'ਤੇ ਆ ਗਏ, ਨਾ ਫਿਰਨ ਜੋਗੇ ਰਹੇ ਹਾਂ, ਨਾ ਜਿਹੜਾ ਖੇਡਾਂ ਜੋਗੇ ਰਹੇ ਹਾਂ, ਸਾਰੇ ਗੇਡਾਂ ਬੁਰ ਗਏ ਸਾਡੀਆਂ। ਇਹਦੇ ਵੇਲੇ ਹੋਣਾ ਦੋਸਤ ਜੁੜੇ ਰਹੋ, ਜਿਹਨਾਂ ਜਿਹਨਾਂ ਚੱਲ ਰਿਹਾ ਸਾਡੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਨਹੀਂ ਕੀਤਾ, ਉਹ ਜਲਦੀ ਜਲਦੀ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਵਲੋਗ ਨੂੰ ਇੱਕ ਛੋਟਾ ਜਿਹਾ ਕਮੈਂਟ ਕਰਕੇ ਦੇ। ਬਰਥਡੇ ਦਾ ਚੱਲਿਆ ਅਸਾਂ ਚੱਲੀ, ਅਸਾਂ ਬੜਾ ਕਾਲਾ ਪਿਆ ਬੇਟਾ, ਬਰਥਡੇ ਦਾ ਬੋਲ ਚੱਲੀ ਖਾਇਆ ਵਲੋਗ ਦੇ ਕਣਕ ਦੇ ਵਿੱਚ ਪੈਸੇ ਕੱਟ ਦਿੱਤੇ, ਹੁਣ ਅਸੀਂ ਉਹ ਕੱਢ ਨਹੀਂ ਸਕਦੇ। ਕਣਕ ਜਦੋਂ ਨਾ ਇਹਦੋਂ ਕੱਟ ਖਾਇਆ, ਕੋਈ ਸਾਡੇ ਕੋਲ ਕੋਈ ਪੈਸੇ ਕੋਣ ਦੇ, ਪੈਸੇ ਦੇ ਵੀ ਕੋਣ, ਬਾਨੀ ਦੀ ਗੱਲ ਸੁਣੀ ਨੇ ਬਾਨੀ, ਪਹਿਲਾਂ ਤੁਹਾਨੂੰ ਕਣਕ ਪੈਸੇ ਕੱਟ ਦੇ ਵਿਖਾਇਆ, ਇੱਕ ਸ਼ਾਰਟਕਟ ਵੀਡੀਓ ਬਣਾਈ ਆ, ਇੱਕ ਕਣਕ ਦੇ ਸਿੱਟੇ ਦੀ, ਅਸੀਂ ਜਾਦੂ ਕੀਤਾ, ਜਾਦੂ ਜ਼ਰੀਏ 100 ਰੁਪਈਆ ਬਣ ਗਿਆ ਹੈ, ਸਿੱਟੇ ਤੋਂ ਰਗੜਿਆ ਆਦਾ, ਹੁਣ ਕਣਕ ਚਲੀ ਗਈ ਹੈ, ਵਿਸਾਖ ਖਤਮ ਹੋ ਗਿਆ, ਤਾਂ ਹੁਣ ਅਸੀਂ ਪੈਸੇ ਤੁਹਾਨੂੰ ਵੀ ਖਾਈਦੇ, ਲਿਆ ਤੁਹਾਨੂੰ ਕਮਾਦ ਵੀ ਖਾਈਦਾ, ਡੇਰੇ ਚਲੋ ਡੰਗਰ ਬਾਹਰ ਵੀ ਖਾਈ, ਨਿਕਲੀਏ ਚਲ।
ਵਾਰੇ ਸਿਸਟਮ ਰੇੜੀ ਦਾ ਨਾ ਆਪਣਾ ਕੈਮਰਾ ਵਾਰਾ ਦੀ ਬਣਾ ਵਾਰ ਲਾ ਲਾ ਦੇ ਅੰਮ੍ਰਿਤਸਰ ਆ ਬਾਜੀ ਦਾ ਹਮਾਮ ਬੇਟਾ ਬਾਜੀ ਦਾ ਹਮਾਮ ਸਰ ਪਿੰਡੂ ਬਾਹਰ ਸੇ ਨਿਕਲੇ ਪੈਂਦੇ ਨਾ ਕਮੈਂਟਰੀ ਕਰ ਨਾ ਸ੍ਰੀ ਗੁਰੂ ਮੋਟਰਸਾਈਕਲ ਦਾ ਕੰਮ ਕਰਾਵਣਾ ਥੋੜ੍ਹਾ ਜਿਹਾ ਉਹ ਕਰਾ ਲਏ ਕਿਉਂਕਿ ਸਾਡੇ ਕਲੱਚ ਦੀ ਤਾਰ ਨਿਕਲ ਗਈ ਆ ਨਾ ਸਰ ਜੀ ਚੱਪੜਾ ਆ ਹੈ ਨਾ ਸਰ ਮਿਸਤਰੀ ਸ਼ੋਪ ਸਰੀ ਮਿਸਤਰੀ ਆ ਗਿਆ ਮੱਖੀ ਪਾਊਗੇ ਵੇ ਦੇਖ ਵੇ ਪੇ ਮੱਖੀ ਕੀ ਰਿਹਾ ਦਾ ਇਹ ਠੀਕ ਬੱਕੇ ਪੇ ਕਰੰਦਾ ਮੱਖੀ ਹੋਰ ਪਾ ਰਿਹਾ ਲੇਕਿਨ ਤਾਰ ਲਗੇ ਤੋ ਗਈ ਤੋ ਅਸਾਂ ਤਾਂ ਹਾਈਟ ਵਧਾ ਚੰਦੀ ਇਹ ਪੇਨ ਦੀ ਆ ਜੀ ਗਾਰਡ ਲਾ ਦਿੱਤਾ ਹੈ ਇਹ ਨਾ ਤਾਂ ਨਾ ਸਰ ਜੁਗਾੜੀ ਆ ਹੈ ਨਾ ਸਰ ਮਿਸਤਰੀ ਜੁਗਾੜੀ ਆ ਤੇ ਫਾਰ ਪੁੱਤਰ ਨਾ ਸਰ ਦੀ ਕੁਰਸੀ ਲਾ ਬਾਰ ਬਾਰ ਖੇਡਦਾ ਕਲਾ ਹੀ ਦੂਚਾ ਦਿੰਦੇ ਪਦਿਓ ਬਾਨੀ ਕਰਦੇ ਬਾਨੀ ਗੱਲ ਦਾ ਇਹਨਾਂ ਫਾ ਦਿੱਤਾ ਫਾ ਦੱਸਾ ਇਹਦੇ ਨਾਲ ਮੈਂ ਸਟੋਰੀ ਕੋਲ ਐਸਨ ਕਰਿਆ ਮੈਨੂੰ ਪਤਾ ਸਮਝਾ ਇਹ ਹੀ ਐਸਨ ਹੈ ਅੱਜ ਦਾ ਮੌਸਮ ਬੜਾ ਖਰਾਬ ਹੋ ਗਿਆ ਮਾਸ਼ਾ ਅੱਲਾ ਬੜਾ ਪਿੰਡ ਦਾ ਮੌਸਮ ਖੱਡੋ ਹੋ ਗਿਆ ਅਲਹਮਦੁਲਿਲਾ ਮੈਂ ਤਾਂ ਬਾਰੇ ਦੇਣਾ ਆ ਖੀਚੀਆਂ ਦੀ ਖੋਤੀ ਰਿਆੜੀ ਵੈਂਦੀ ਤੂੰ ਕਿਹਾ ਆ ਬਾਸ ਕਿਤੇ ਵੱਡੇ ਨੇ ਇਹ ਸਾਡੇ ਤੈਨੂੰ ਵੱਡੀ ਵਧਾ ਅਲਹਮਦੁਲਿਲਾ ਸੁਬਾਨ ਮੈਂ ਤੇ ਹਸਨ ਆ ਕੇ ਸੇ ਡੇਰੇ ਤੇ ਖੈਰ ਖਰੀਅਤ ਨਾਲ ਮੇਰੇ ਬਿਲ ਖੈਰ ਨਾਲ ਮੇਰਾ ਬਰਾ ਡੰਗਰਾ ਦੀ ਕਰਿੰਦਾ ਵਧਾ ਛੋਟਾ ਰਿਆਸਤੁੱਲਾ ਆ ਸਾਈਡ ਆ ਸਭ ਦਰ ਲੈ ਤੇ ਮੈਂ ਬੰਨੂ ਛਾਂ ਤੇ ਮਿੱਟੀ ਮਿੱਟੀ ਧੋਪੀ ਹੈ ਤੱਕ ਛਾਂ ਤੇ ਡੰਗਰ ਦੋਵੇਂ ਧੁੱਪ ਜ਼ਿਆਦਾ ਨਿਕਲ ਸਕਦੀ ਨਾ ਤੇ ਮੈਂ ਗਰਮੀ ਪੈ ਸਕਦੀ ਤਾਂ ਡੰਗਰ ਵਿਚਾਰਿਆਂ ਨੂੰ ਬੋਲਣਾ ਉਹਨਾਂ ਕੋਈ ਨਹੀਂ ਜਿਹੜੇ ਤੁਸੀਂ ਛਾਂ ਤੇ ਬੰਨਦੇ ਹੋ ਚਾਹੇ ਬੱਦਲ ਹੋਵੇ ਚਾਹੇ ਧੁੱਪ ਹੋਵੇ ਓਏ ਕੀ ਗੱਲ ਹੈ ਕਿਹ ਸੱਦੇ ਮਾਮੂ ਦਾ ਡੇਰਾ ਤੇ ਮਹਸਾਨ ਆਪਣੇ ਮਾਮੂ ਸੋ ਰਹਿੰਦਾ ਹਸਾਨ ਮਾਮੂ ਨਾਲ ਬੜਾ ਪਿਆਰ ਕਰਦਾ ਬਾਰ ਬਾਰ ਸੱਦ ਰਿਹਾ ਮਾਮ ਪੈਸਾ ਫੋਨ ਕਰਦੇ ਡੇਰੇ ਆਪਣੇ ਤੋਂ ਹੈ ਰਾਧੀ ਸੁਣ ਕਰਨੀ ਇਹਦੇ ਅਗਲੇ ਤਾਂ ਮੈਂ ਰਿਸ਼ਤਾ ਮੰਗਣ ਗਿਆ ਸ਼ਾ ਨਿਡਰ ਤੋਂ ਅੱਲਾ ਕਰੇ ਤਾਂ ਬੰਦੇ ਦਾ ਰਿਸ਼ਤਾ ਹੋ ਜਾਵੇ ਆਖਰੀ ਬਿਰਾ ਸਾਡਾ ਰਹਿ ਗਿਆ ਦੋਵੇਂ ਸਾਰੇ ਬਿਰਾ ਅਲਹਮਦੁਲਿਲਾ ਪਰ ਲੇ ਗਏ ਬਾਲ ਬੱਚਿਆਂ ਦਾ ਇੱਕਾ ਬੰਦਾ ਰਹਿ ਗਿਆ ਪਾਣੀ ਟਾਈਮ ਤਾਂ ਨਿਮਾਸੀ ਵੀ ਹੈ ਮੁੱਛ ਦਾੜੀ ਨਹੀਂ ਰੱਖੀ ਹੋਈ ਸੀ ਅਲਹਮਦੁਲਿਲਾ ਮੇਰਾ ਮਾਲ ਡੰਗੂਰ ਹੈ ਇਸ ਟਾਈਮ ਮੇਰੀਆਂ ਚਾਰ ਪੰਜ ਮੱਝੇ ਨੂੰ ਬਾਕੀ ਗਾਵੇਂ ਮੇਰੇ ਅੰਦਰ ਨਾ ਇਸਾਨ ਉੱਲਾ ਖੜਾ ਇੱਧਰ ਹੀ ਬੈਠਾ ਹੈ ਇਸਾਨ ਉੱਲਾ ਵਿਖਾਉਣ ਦੇ ਇਸਾਨ ਉੱਲਾ ਨੱਸ ਗਿਆ ਤੇ ਨੱਸ ਗਿਆ ਇਸਾਨ ਉੱਲਾ ਮੇਰੇ ਕਮਰੇ ਕਾਸ਼ ਇੱਧਰ ਹੀ ਬੈਠਾ ਹੈ ਜਿੰਦਰ ਬੜਾ ਖੜਾ ਧਰਿਆ ਮਾਸ਼ਾਅੱਲਾ ਮਾਸ਼ਾਅੱਲਾ ਬੰਗ ਤਾਂ ਪਿਆਲਾ ਹੈ ਅਜੇ ਬੰਗ ਬਣਦੀ ਪਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਸਾਡੀ ਕੁੱਤੀ ਵੀ ਸੋਈ ਪਈ ਬਾਨੀ ਸਾਡੀ ਕੁੱਤੀ ਸੋਈ ਪਈ ਹੋਏ ਠੇ ਠੇ ਹਾਏ ਹਾਂ ਵੇਖ ਲੈ ਬਾਨੀ ਯਾਰ ਕਤੂਰਾ ਵੀ ਹੈ ਜੀ ਬਾਨੀ ਦੀ ਸ਼ਕਲ ਹੈ ਨਾ ਕਤੂਰਾ ਦੀ ਸ਼ਕਲ ਇੰਜ ਯਾਰ ਹਨਾ ਕਿਤਨੇ ਕਤੂਰਾ ਜਾਇਸ ਨਹੀਂ ਯਾਰ ਜ਼ਬਰਦਸਤ ਯਾਰ ਕੁੱਤੀ ਸੋਈ ਸਾਡੀ ਅਗਰ ਕਿਸੇ ਬੇਲੀ ਕਤੂਰਾ ਚਾਹੀਦਾ ਜਾਂ ਕਤੂਰੀ ਚਾਹੀਦੀ ਵੈਲਕਮ ਸੱਤ ਗਲੂਰੇ ਜੰਮੇ ਪੈਣ ਕੁੱਤੀ ਪਾਉਂ ਢਾਡੀ ਹੈ ਪੈਂਟਰ ਕੁੱਤੀ ਸਾਡੀ ਹੈ ਡੋਗੀ ਅੱਗ ਆ ਗਈ
ਸਹੀਵਾਲ ਮਿੰਟ ਕੁਮਰੀ ਦੀ ਗਾਂ ਹੈ ਸਲਾਈ ਸਾਡੀਆਂ ਹੈ ਸਾਡਾ ਕੁਤਰੇ ਵਾਲਾ ਪੀਟਰ ਆ ਗਿਆ ਇੱਥੇ ਸਿੱਖ ਰਹਿੰਦੇ ਹਾਂ ਕੁਤਰਾ ਡੰਗਰਾਂ ਵਾਸਤੇ ਅਕਬਲ ਦੁੱਖ ਆਉਣਾ ਹੈ ਅਕਬਲ ਦੁੱਖ ਆ ਗਈ ਆ ਨਾ ਸਰ ਅਲਹਮਦੁਲਿਲਾ ਪਿੰਡ 'ਚ ਆ ਗਿਆ ਸੀ ਆਪਣੇ ਅਤੇ ਨਦੀਮ ਦੀ ਹੱਟੀ 'ਤੇ ਨਦੀਮ ਟੇਲਰ ਦੀ ਹੱਟੀ 'ਤੇ ਉੱਥੋਂ ਬਣਾ ਦਿੱਤੋ ਹੈ ਫਾਦ ਦਾ ਸੂਟ ਉਹ ਸੂਟ ਦਾ ਪਤਾ ਕਰਨਾ ਬਾਈ ਸਾਡਾ ਸੂਟ ਕਿਉਂ ਨਹੀਂ ਤਿਆਰ ਹੋਇਆ ਮਰਜ਼ੀ ਵਾਲਾ ਅੱਜ ਤੇਰੇ ਸ਼ਿਗਿਰਦ ਕਿਤੇ ਅੱਜ ਮਸ਼ੀਨਾਂ ਸਾਰੀ ਖਾਲੀਆਂ ਪਈ ਨਦੀਮ ਦੀਆਂ ਹੈਲਾ ਸ਼ਿਗਿਰਦ ਮਾਸ਼ਾ ਅੱਲਾ ਚੰਗੇ ਰੱਖੇ ਹੋਰ ਉਮਰ ਬਾਈ ਸੁਣੋ ਤੇਰੀ ਹੱਟੀ ਚੱਲਦੀ ਪਈ ਹੈਲਾ ਇੱਕ ਹੱਟੀ ਤੇਰੀ ਜ਼ਿਆਦੀ ਹਾਂ ਅੱਬੂ ਵਾਰ ਸਕੂ ਵੇਖੋ ਸ਼ਕਰ ਪਹਿਚਾਣ ਵਾਲੀ ਮਾਸ਼ਾ ਸੂਟ ਤਾਂ ਲਿਆ ਸਾਡਾ ਕੋਈ ਤਿਆਰ ਹੋਇਆ ਨਦੀਮ ਕੋਲ ਤਾਂ ਲਿਖਣ ਸੀ ਹੁਣ ਆਪਣੀ ਹੱਟੀ ਤਾਂ ਪਹਿਨੇ ਭਾਨ ਹੋਏ ਗਲੇ ਨੀਂਦਰ ਉਹ ਬਾਰ ਬਾਰ ਉਂਗਲੀ ਅੰਗੂਠਾ ਚੁੱਕਦਾ ਖਲਾ ਹੈ ਹੈ ਗੱਲ ਆਪਣਾ ਅਲਹਮਦੁਲਿਲਾ ਭਾਈ ਬੋਬੀ ਦਾ ਛੋਟਾ ਜਿਹਨੇ ਹੈ ਉਹ ਵੀ ਬੰਦ ਛੰਦਾ ਹੈ ਲਿਖਣ ਚਲ ਛੋਟਾ ਤੂੰ ਚਾਹ ਮੈਨੂੰ ਕਵੜੇ ਪਤਾ ਡੇਰੇ ਤੇ ਗਏ ਵਸ ਉਹਨਾਂ ਦੇ ਮੈਂ ਗੱਲ ਕਿਉਂ ਸੀ ਤਾਂ ਡਰ ਜਾਵਾਂ ਉਹ ਗੱਲਾਂ ਤੇ ਲੱਗੋ ਯਾਰ ਅਸਾਂ ਸਪੋਰਟ ਕਰਦਾ ਮਨਾ ਮੋੜ ਗਾਣਾ ਚਾ ਆ ਦੀ ਨਿੰਦਾ ਆ ਗਈ ਹੈ ਤੋ ਹਵਾ ਦੇ ਹੋ ਅਸੀਂ ਆ ਗਏ ਸੇ ਆਪਣੇ ਘਰ ਤੋਂ ਘਰੋਂ ਮੁੜ ਚਲੇ ਵੈਨੇ ਸਕੂਲ ਬੱਚੀਆਂ ਦੇ ਬੱਚੀਆਂ ਸਕੂਲ ਅਮਨ ਨੂੰ ਲੈਣ ਚੱਲੇ ਤਕਰੀਬਨ ਸਕੂਲ ਛੁੱਟੀ ਹੁੰਦੀ ਹੈ 2:30 ਵਜੇ ਅਮਨ ਜਲਦੀ ਘਾਲੀ ਪੈ ਪੈਂਦੀ ਹੈ ਅਮਨ ਨੂੰ ਅੱਜ ਹੈ ਤੀਸਰਾ ਚੌਥਾ ਦਿਨ ਸਕੂਲ ਆਉਂਦੇ ਲਿਖਣਾ ਪਹਿਲੇ ਦਿਨ ਵਰਦੀ ਪਾ ਕੇ ਆਈਏ ਅਤੇ ਘਾਲੀ ਲੇਟ ਲੈਣਾ ਹੈ ਤਾਂ ਰੋਂਦੀ ਰਹੀ ਤੁਹਾਡੀ ਮੰਮੀ ਤੂੰ ਜਲਦੀ ਲੈਣਾ ਹੈ ਕਰੋ ਅਮਨ ਨੂੰ ਸਕੂਲ ਆਇਆ ਖਲੇ ਬਿਲਕੁਲ ਗੇਟ ਤੋਂ ਅਮਨ ਨੂੰ ਸਕੂਲ ਰਹਿਣ ਮਾਨੀ ਅੰਦਰ ਕਿਉਂ ਹੈ ਕਿਹਦਾ ਕੀ ਹਾਂ ਪੜ੍ਹਦੀ ਰਹੀਏ ਉਹ ਆਉਣਾ ਕਰ ਤਾਂ ਪੜ੍ਹਨੇ ਪੜ੍ਹਨੇ ਹੀ ਆਏ ਵਣ ਹੈ ਹਲਾ ਆ ਜਾ ਬੈਗ ਭਰ ਲਈ ਹੈ ਬੈਗ ਲਈ ਹੈ ਅਮਨ ਸਕੂਲ ਆਏ ਪਹਿਲੇ ਦਿਨ ਨਿਕਲੀ ਜਾਂਦੇ ਹੋ ਆ ਗਈ ਆ ਗਈ ਆ ਗਈ ਉਹ ਭਾਈ ਭੈਣ ਭਾਈ ਦੋਵੇਂ ਪਿਆਰ ਕਰਨ ਆਪਸ ਹੈਂ ਅਮਨ ਆਪਣਾ ਬੈਗ ਪਾ ਅਮਨ ਬੈਗ ਪੁੱਛਵਾ ਦੇ ਬੈਗ ਪਾ ਲੈ ਅਮਨ ਬੈਗ ਪੁੱਛਵਾ ਦੇ ਪਿੱਛੋ ਅੱਖੀ ਚੁੱਪ ਪਿੱਲੇ ਸਾਈਡ ਪਾਓ ਅੱਗੇ ਮੈਂ ਪਿੱਲੇ ਸਾਈਡ ਵੱਲ ਚੜ ਗਈ ਹੈ ਉਹ ਬੈਗ ਪਾ ਲਾ ਅਮਨ ਸਕੂਲ ਠੀਕ ਪੜ੍ਹੇ ਇਹ ਕੋਈ ਨਾ ਸਹੀ ਪੜ੍ਹੇ ਇਹਦਾ ਸ਼ਿਦਾ ਕੱਢੇ ਕੰਮ ਲਿਖਾ ਇਹਦੇ ਚਲ ਚਲੀਏ ਚਲ ਚਲ ਫਾਦੀ ਤਾਂ ਮੈਂ ਹੁਣ ਘਰ ਆ ਗਿਆ ਅਮਨ ਅੰਦਰ ਬਸਤਾ ਸੇ ਰੱਖਦੀ ਪਈ ਤੇ ਮੇਰੀ ਦੁਕਾਨ ਤੇ ਆ ਗਏ ਮਹਿਮਾਨ ਹੁਣ ਦੁਕਾਨ ਤੇ ਚੱਲਦਾ ਇਹਨਾਂ ਲਾਓ ਅਗਰ ਅੱਜ ਦਾ ਵਲੋਗ ਸਾਡਾ ਤੁਹਾਨੂੰ ਚੰਗਾ ਲੱਗੋ ਤਾਂ ਮੇਰੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਦਿਵੇ ਇਨਸ਼ਾਅੱਲਾ ਕੱਲ ਨਵੇਂ ਵਲੋਗ ਲੱਗੂ ਬਾਅਦ ਹਾਜ਼ਰ ਹੁਸਾਂ ਅਤੇ ਹੁਣ ਮਿਲਦੇ ਹੋ ਜਾ ਅੱਲਾ ਹਾਫਿਜ਼।